पता नहीं कितों सुखपाल खहरा अते परमिंदर ढींसा वखो वखरियां पार्टियां दे दोनों इकट्ठे होए दिल्ली च सवेरे श्री बंगला साहब गुरुद्वारा साहब जाके मत्था टेकया अते उस तो बाद किसानी दा चक्कर लैके ਉਹ ਦਿੱਲੀ ਦੇ ਜੰਤਰ ਮੰਤਰ ਨੂੰ ਰਵਾਨਾ ਹੋ ਗਏ ਜਿਵੇਂ ਹੀ ਬੰਗਲਾ ਸਾਹਿਬ ਗੁਰਦੁਆਰੇ ਤੋਂ ਬਾਹਰ ਨਿਕਲੇ ਤਾਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਉਹਨਾਂ ਦੇ ਉਹ ਹਿਰਾਸਤ 'ਚ ਰੱਖਿਆ ਸੋ ਉਹਨਾਂ ਨੇ ਆਪਣੇ ਵੱਲੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਤੋਂ ਪਹਿਲੇ ਦਿੱਲੀ ਪਹੁੰਚ ਕੇ ਸਵੇਰੇ ਮੱਥਾ ਟੇਕ ਕੇ ਉਸ ਤੋਂ ਬਾਅਦ ਜੰਤਰ ਮੰਤਰ ਨੂੰ ਰਵਾਨਾ ਹੋਏ ਪਰ ਬਾਹਰ ਹੀ ਉਹਨਾਂ ਨੂੰ ਜਿਹੜਾ ਹੈ ਹਿਰਾਸਤ 'ਚ ਲੈ ਲਿੱਤਾ ਗਿਆ